ਚੈਨਲ ਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਭਾਰਤ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਹਰ ਪੰਜਾਬੀ ਆਪਣੇ ਆਪ ਤੇ ਗਰਵ ਮਹਿਸੂਸ ਕਰਦਾ ਹੈ। ਜਦੋਂ ਵੀ ਅਸੀਂ ਆਪਣੇ ਕੌਮੀ ਝੰਡੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਲਾਂ ਵਿੱਚ ਤਿਰੰਗੇ ਦਾ ਜ਼ਿਕਰ ਆਉਂਦਾ ਹੈ ਜੋ 3 ਰੰਗਾਂ ਦਾ ਬਣਿਆ ਹੋਇਆ ਹੈ। ਆਜਾ ਆਜਾ ਜਿੰਦੇ ਸ਼ਾਮੀ ਆਨੇ ਕੇ ਤਲੇ, ਆਜਾ ਜ਼ਰੀ ਵਾਲੇ ਨੀਲੇ ਆਸਮਾਨੇ ਕੇ ਤਲੇ। ਜੇ ਅਸੀਂ ਤੁਹਾਨੂੰ ਦੱਸੀਏ ਕਿ ਤਿਰੰਗੇ ਤੋਂ ਪਹਿਲੇ ਵੀ ਕੁਝ ਕੌਮੀ ਝੰਡੇ ਸੀ ਤਾਂ ਇਹ ਸੁਣ ਕੇ ਬੜੀ ਹੈਰਾਨੀ ਹੋਵੇਗੀ, ਪਰ ਇਹ ਬਿਲਕੁਲ ਸੱਚ ਹੈ। ਭਾਰਤ ਦਾ ਪਹਿਲਾ ਝੰਡਾ ਸੰਨ 1906 ਵਿੱਚ ਕਲਕੱਤਾ ਵਿੱਚ ਲਹਿਰਾਇਆ ਗਿਆ, ਜਿਸ ਨੂੰ ਕਲਕੱਤਾ ਦੇ ਨਾਮ ਵਜੋਂ ਹੀ ਜਾਣਿਆ ਜਾਂਦਾ ਹੈ, ਜਿਸ ਵਿਚਕਾਰ ਪੀਲੇ ਰੰਗ ਵਿੱਚ ਬੰਦੇ ਮਾਤਰਮ ਲਿਖਿਆ ਹੋਇਆ ਹੈ। ਇਸ ਦੇ ਠੀਕ ਇੱਕ ਸਾਲ ਬਾਅਦ 1907 ਵਿੱਚ ਪੈਰਿਸ ਵਿੱਚ ਮੈਡਮ ਕਾਮਕ ਤੇ ਉਹਨਾਂ ਦੇ ਕੁਝ ਕ੍ਰਾਂਤੀਕਾਰੀਆਂ ਨੇ ਲਹਿਰਾਇਆ ਸੀ ਜੋ ਤਿਰੰਗੇ ਦੀ ਝਲਕ ਦਿੰਦਾ ਸੀ। ਤੀਸਰਾ ਝੰਡਾ 1917 ਇਨੀ ਬਿਸੇਨ ਦੇ ਲੋਕ ਤਿਲਕ ਵੱਲੋਂ ਘਰੇਲੂ ਸ਼ਾਸਨ ਅੰਦੋਲਨ ਵਿੱਚ ਲਹਿਰਾਇਆ ਗਿਆ ਸੀ। ਇਸ ਝੰਡੇ ਵਿੱਚ 5 ਲਾਲ ਤੇ 4 ਹਰੀ ਪੱਤੀਆਂ ਸੀ। ਹਿੰਦੂ ਤੇ ਮੁਸਲਿਮ ਭਾਈਚਾਰੇ ਨੂੰ ਦਰਸਾਉਂਦਾ ਚੌਥਾ ਝੰਡਾ 1921 ਵਿੱਚ ਭਾਰਤੀ ਕਾਂਗਰਸ ਕਮੇਟੀ ਦੁਆਰਾ ਲਹਿਰਾਇਆ ਗਿਆ। ਇਸ ਵਿੱਚ ਗਾਂਧੀ ਜੀ ਨੇ ਕਿਹਾ ਕਿ ਬਾਕੀ ਭਾਈਚਾਰਿਆਂ ਨੂੰ ਸੰਬੋਧਨ ਕਰਦੇ ਹੋਏ ਇੱਕ ਚਰਖਾ ਵੀ ਹੋ। ਤਿਰੰਗੇ ਤੋਂ ਪਹਿਲਾਂ 5ਵਾਂ ਝੰਡਾ 1931 ਵਿੱਚ ਲਹਿਰਾਇਆ ਗਿਆ ਜੋ ਭਾਰਤੀ ਰਾਸ਼ਟਰੀ ਸੈਨਾ ਦਾ ਚਿੰਨ੍ਹ ਸੀ। ਸਾਰੇ ਝੰਡਿਆਂ ਤੋਂ ਬਾਅਦ ਆਖਿਰਕਾਰ 22 ਜੁਲਾਈ 1947 ਨੂੰ ਆਜ਼ਾਦੀ ਤੋਂ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਸਮੇਂ ਤਿਰੰਗੇ ਨੂੰ ਰਸਮੀ ਤੌਰ ਤੇ ਭਾਰਤ ਦਾ ਰਾਸ਼ਟਰੀ ਤਿਰੰਗਾ ਐਲਾਨ ਕੀਤਾ ਗਿਆ। ਅੱਜ ਇਹ ਤਿਰੰਗਾ ਹਰ ਭਾਰਤੀ ਦਾ ਮਾਣ ਹੈ। ਇਹ ਤਿਰੰਗਾ ਸਾਨੂੰ ਸਾਡੇ ਇਤਿਹਾਸ ਤੇ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ। ਹਮ ਵਾਪਸ ਲੌਟੇਂਗੇ ਲੇਕਰ ਆਜ਼ਾਦੀ ਕਾ ਟੋਲਾ ਮੇਰਾ ਰੰਗ ਦੇ। ਆਓ ਜਾਣਦੇ ਹਾਂ ਤਿਰੰਗੇ ਦੇ ਇਹਨਾਂ ਤਿੰਨਾਂ ਰੰਗਾਂ ਬਾਰੇ। ਕੇਸਰੀ ਰੰਗ ਦੇਸ਼ ਦੀ ਤਾਕਤ ਤੇ ਸਾਹਸ ਦਾ ਪ੍ਰਤੀਕ ਹੈ ਤੇ ਚਿੱਟੀ ਪੱਟੀ ਸ਼ਾਂਤੀ ਦਾ ਪ੍ਰਤੀਕ ਹੈ। ਹਰੇ ਰੰਗ ਦੀ ਪੱਟੀ ਧਰਤੀ ਦੇ ਵਿਕਾਸ ਤੇ ਪੂਰਤਰਤਾ ਦਾ ਪ੍ਰਤੀਕ ਹੈ। ਇਸ ਵਿੱਚ ਇੱਕ ਚੱਕਰ ਵੀ ਹੈ ਜਿਸ ਵਿੱਚ ਚਿੱਟੀ ਪੱਟੀ ਤੇ ਨੀਲੇ ਰੰਗ ਦਾ ਹੈ, ਜਿਸ ਵਿੱਚ ਝੰਡੇ ਦੀ ਨਾਮਬੰਦੀ ਤੇ ਚੜ੍ਹਾਈ ਦਾ ਅਨੁਮਾਨ 3.2 ਹੈ। ਇਹ ਚੱਕਰ ਚਿੱਟੀ ਪੱਟੀ ਦੀ ਚੜ੍ਹਾਈ ਦੇ ਬਰਾਬਰ ਹੁੰਦਾ ਹੈ। ਧਰਤੀ ਸੁਨਹਿਰੀ ਅੰਬਰ ਨੀਲਾ ਹਰ ਮੌਸਮ ਰੰਗੀਲਾ, ਐਸਾ ਦੇਸ਼ ਹੈ ਮੇਰਾ ਹੋ, ਐਸਾ ਦੇਸ਼ ਹੈ ਮੇਰਾ। ਬਿਊਰੋ ਰਿਪੋਰਟ, ਦੀ ਐਨਆਰਆਈ ਟੀਵੀ।